ਕਰੂਗਾ ਕਿ ਤੁਹਾਡੀਆਂ ਤੁਹਾਡੀਆਂ ਨਜ਼ਾਰਾਂ 'ਤੇ ਤੁਹਾਡੀਆਂ ਤੁਹਾਡੇ ਦੇ ਕਿਸੇ ਦੇ ਛਿੱਤਰ ਵੀ ਨਹੀਂ ਮਾਰਨੇ। ਉਹ ਵੀ ਇਹ ਮਹਿਸੂਸ ਕਰਨਗੇ ਵੀ ਇਹਨਾਂ ਦੇ ਛਿੱਤਰ ਮਾਰਾਂਗੇ ਤਾਂ ਤਦ ਵੀ ਉਹਦੀ ਆਪਦੀ ਬੇਇੱਜ਼ਤੀ ਹੋਊਗੀ। ਤੁਸੀਂ ਆਪਦੀ ਔਕਾਤ ਵਿਖਾਈ ਦਿੱਤੀ ਨਾ ਅਸਲੀਅਤ, ਕਿ ਤੁਸੀਂ ਕਿੰਨੇ ਕੁ ਦਿਲ ਦੇ ਮਾਲਕ ਹੋ। ਤੁਸੀਂ ਬੰਦਿਆਂ ਨੂੰ ਲਿਆ ਲਿਆ ਕਿ ਮੇਰੇ ਖਿਲਾਫ ਮੰਚ 'ਤੇ ਸਟੇਜਾਂ 'ਤੇ ਬੁਲਾਉਂਦੇ ਰਹੇ, ਅਤੇ ਜੇ ਮੈਂ ਕੁਛ ਕਹਿ ਦਿਆਂ ਤੁਹਾਡੇ ਬਾਰੇ, ਤੁਹਾਡੇ ਪਰਿਵਾਰ ਬਾਰੇ, ਤੁਹਾਡੀਆਂ ਭੈਣਾਂ ਬਾਰੇ, ਕੁੜੀਆਂ ਬਾਰੇ, ਬੰਦਿਆਂ ਬਾਰੇ, ਤਾਂ ਫਿਰ ਕੀ ਹੋਏਗਾ? ਫਿਰ ਰਾਤ ਨੂੰ ਨੀਂਦ ਨਹੀਂ ਆਊਗੀ। ਸੁਖਬੀਰ ਸਿੰਘ ਬਾਦਲ ਨੂੰ ਖਾਸ ਕਰਕੇ ਕਿਰਪਾ ਕਰਕੇ ਆਪਦੇ ਜਿਹੜੇ ਕੁੱਤੇ ਬਿੱਲੇ ਰੱਖੇ ਆ ਨਾ ਨਾਲ, ਉਹਨਾਂ ਨੂੰ ਥੋੜ੍ਹਾ ਜਿਹਾ ਵੰਚ ਕੇ ਰੱਖੋ। ਲੋਕ ਸਭਾ ਚੋਣਾਂ 'ਚ ਇੱਕ ਦੂਜੇ ਖਿਲਾਫ਼ ਬਿਆਨਬਾਜ਼ੀਆਂ ਅਤੇ ਇਲਜ਼ਾਮ ਤਰਾਸੀਆਂ ਤਾਂ ਤੁਸੀਂ ਖੂਬ ਸੁਣ ਲਈਆਂ। ਪਿਛਲੇ 2 ਦਿਨਾਂ ਤੋਂ ਕਰੀਬ ਕਰੀਬ ਸਾਰੇ ਹੀ ਸੰਤਰੀ ਮੰਤਰੀ ਆਰਾਮ ਫਰਮਾ ਰਹੇ ਸੀ, ਪਰ ਨਤੀਜੇ ਆਉਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਉਮੀਦਵਾਰ ਐਕਟਿਵ ਹੋ ਗਏ ਨੇ ਅਤੇ ਇੱਕ ਦੂਜੇ ਖਿਲਾਫ਼ ਕਰੜੇ ਵਾਰ ਕਰਨ ਲੱਗ ਗਏ ਨੇ। ਇਹਨਾਂ 'ਚ ਸਭ ਤੋਂ ਪਹਿਲਾਂ ਨਾਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦਾ ਆ ਰਿਹਾ, ਜਿਨ੍ਹਾਂ ਆਪਣੇ ਰਵਾਇਤੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਦੇ ਪਰਿਵਾਰਕ ਮਾਮਲਿਆਂ 'ਤੇ ਬਿਆਨਬਾਜ਼ੀਆਂ ਕਰਨ ਲਈ ਲੰਮੇ ਹੱਥੀ ਲਿਆ। ਰਾਜਾ ਵੜਿੰਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸੇ ਨੇ ਬਾਦਲਾਂ ਦੀਆਂ ਕਬਰਾਂ 'ਤੇ ਛਿੱਤਰ ਮਾਰਨ ਵੀ ਨਹੀਂ ਆਉਣਾ। ਕਿ ਜੋ ਬਾਦਲਾਂ ਨੇ ਕੀਤਾ, ਕਿਸ ਤਰ੍ਹਾਂ ਮੇਰੇ 'ਤੇ, ਮੇਰੇ ਪਰਿਵਾਰ 'ਤੇ ਘਟੀਆ ਕਿਸਮ ਦੀਆਂ ਗੱਲਾਂ ਕੀਤੀਆਂ ਇਹਨਾਂ ਲੋਕਾਂ ਨੇ, ਔਰ ਮੇਰੀ ਗੱਲ ਯਾਦ ਰੱਖਿਓ, ਇਸ ਇਹਨਾਂ ਗੱਲਾਂ ਨੇ ਤੁਹਾਨੂੰ ਮਾਰ ਦੇਣਾ। ਕਿਸੇ ਦੇ ਪਰਿਵਾਰ ਬਾਰੇ ਕੋਈ ਗੱਲ ਉਹ ਰੱਬ ਨੂੰ ਮਨਜ਼ੂਰ ਨਹੀਂ, ਔਰ ਤੁਹਾਡਾ ਜੋ ਹਾਲ ਹੋਊਗਾ ਉਹ ਯਾਦ ਰੱਖਿਓ। ਇੱਕ ਦਿਨ ਆਊਗਾ ਕਿ ਤੁਹਾਡੀਆਂ ਤੁਹਾਡੀਆਂ ਨਜ਼ਾਰਾਂ 'ਤੇ ਤੁਹਾਡੀਆਂ ਤੁਹਾਡੇ ਦੇ ਕਿਸੇ ਨੇ ਛਿੱਤਰ ਵੀ ਨਹੀਂ ਮਾਰਨੇ। ਉਹ ਵੀ ਇਹ ਮਹਿਸੂਸ ਕਰਨਗੇ ਵੀ ਇਹਨਾਂ ਦੇ ਛਿੱਤਰ ਮਾਰਾਂਗੇ ਤਾਂ ਤਦ ਵੀ ਉਹਦੀ ਆਪਦੀ ਬੇਇੱਜ਼ਤੀ ਹੋਊਗੀ। ਘਟੀਆ ਘਟੀਆ ਇਨਸਾਨਾਂ ਨੂੰ ਤੁਸੀਂ ਨਾਲ ਰੱਖ ਕੇ ਲੋਕਾਂ ਨੂੰ ਦੱਬ ਕੇ, ਮਰਾ ਕੇ, ਬੁਲਾ ਕੇ ਡਰਾਉਣਾ ਚਾਹੁੰਦੇ ਹੋ। ਰਾਜਨੀਤੀ ਇਹ ਨਹੀਂ ਹੈ, ਰਾਜਨੀਤੀ ਦਾ ਮੁਕਾਬਲਾ ਕਰੋ ਜਿਵੇਂ ਲੋਕ ਕਰਦੇ ਆ, ਤੁਹਾਡਿਆਂ ਨੂੰ ਨਹੀਂ। ਘਟੀਆ ਇਨਸਾਨ, ਕਦੇ ਕਿਸੇ ਦੇ ਮਾਂ ਬਾਰੇ ਬੁਲਾਉਣਾ, ਕਈ ਮਾੜੇ ਕੁੱਤੇ ਆਦਮੀਆਂ ਤੋਂ ਕਿਸੇ ਦੇ ਘਰ ਬਾਰੇ ਬੁਲਾਉਣਾ, ਕਿਸੇ ਨੂੰ ਕੁਛ ਕਹਿਣਾ, ਮਾੜੀ ਸ਼ਬਦਾਵਲੀ, ਇੰਨਾ ਮਾੜਾ ਦਿਲ ਹੈ? 60 ਸਾਲ ਜ਼ਿੰਦਗੀ ਦੀ ਰਾਜਨੀਤੀ ਕੀਤੀ, ਪੰਜਾਬ ਨੂੰ ਤੁਸੀਂ ਲੁੱਟ ਕੇ ਖਾ ਗਏ। ਆਮ ਸਧਾਰਨ ਪਰਿਵਾਰ ਦਾ ਪੁੱਤ ਤੁਹਾਡੇ ਸਾਹਮਣੇ ਚੁਣਾਵ ਲੜਦਾ ਜਰਿਆ ਨਹੀਂ ਗਿਆ? ਤੁਸੀਂ ਆਪਦੀ ਔਕਾਤ ਵਿਖਾਈ ਦਿੱਤੀ ਨਾ ਅਸਲੀਅਤ, ਕਿ ਤੁਸੀਂ ਕਿੰਨੇ ਕੁ ਦਿਲ ਦੇ ਮਾਲਕ ਹੋ। ਤੁਸੀਂ ਬੰਦਿਆਂ ਨੂੰ ਲਿਆ ਲਿਆ ਕਿ ਮੇਰੇ ਖਿਲਾਫ਼ ਮੰਚ 'ਤੇ ਸਟੇਜਾਂ 'ਤੇ ਬੁਲਾਉਂਦੇ ਰਹੇ, ਅਤੇ ਜੇ ਮੈਂ ਕੁਛ ਕਹਿ ਦਿਆਂ ਤੁਹਾਡੇ ਬਾਰੇ, ਤੁਹਾਡੇ ਪਰਿਵਾਰ ਬਾਰੇ, ਤੁਹਾਡੀਆਂ ਭੈਣਾਂ ਬਾਰੇ, ਕੁੜੀਆਂ ਬਾਰੇ, ਬੰਦਿਆਂ ਬਾਰੇ, ਤਾਂ ਫਿਰ ਕੀ ਹੋਏਗਾ? ਫਿਰ ਰਾਤ ਨੂੰ ਨੀਂਦ ਨਹੀਂ ਆਊਗੀ। ਪਰ ਮੈਂ ਤੁਹਾਡੇ ਜਿੰਨਾ ਮਾੜਾ ਅਤੇ ਬੇਸ਼ਰਮ ਨਹੀਂ ਹਾਂ। ਸੋ ਪਰ ਹਰ ਬੰਦਾ ਜਦੋਂ ਆਪਦੀ ਆਈ 'ਤੇ ਆ ਜਾਂਦਾ ਨਾ ਜੀ, ਉਹ ਕੁਛ ਵੀ ਕਰ ਦਿੰਦਾ। ਸੋ ਇਹ ਨਾ ਸਮਝੋ ਕਿ ਤੁਸੀਂ ਰੱਬ ਹੋ। ਬੰਦਾ ਫਿਰ ਇੱਕ ਵਾਰੀ ਮਨ ਬਣਾ ਲਏ ਵੀ ਮੈਂ ਕਿਸੇ ਵੀ ਕਠਿਨਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ, ਤਾਂ ਫਿਰ ਉਹ ਤਿਆਰ ਹੋ ਜਾਂਦਾ। ਕਿਸੇ ਦੀ ਚੁੱਪ ਨੂੰ ਕਿਸੇ ਨੂੰ ਮਾੜਾ ਨਾ ਸਮਝੋ।
ਕਿਸੇ ਦੀ ਚੁੱਪ ਨੂੰ ਇਹ ਨਾ ਸਮਝੋ ਕਿ ਸ਼ਾਇਦ ਉਹ ਮਾੜਾ ਅਤੇ ਡਰਦਾ ਹੈ। ਅੱਜ ਕੱਲ੍ਹ ਕੋਈ ਕਿਸੇ ਤੋਂ ਡਰਦਾ ਨਹੀਂ। ਸੋ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਹੈ, ਤੁਹਾਨੂੰ ਪਰਮਾਤਮਾ ਨੇ ਬੜਾ 60 ਸਾਲ ਸੱਤਾ 'ਚ ਤੁਹਾਨੂੰ ਦਿੱਤੇ ਹੈ, ਔਰ ਜਦੋਂ ਅੰਤ ਹੁੰਦਾ ਇੱਦਾਂ ਹੀ ਹੁੰਦਾ, ਇੱਦਾਂ ਬੁਖਲਾਟ 'ਚ ਆ ਕੇ ਇੱਦਾਂ ਫਿਰ ਬੰਦਾ ਸ਼ਬਦਾਵਲੀ ਬੋਲਦਾ ਹੈ, ਰੱਬ ਫਿਰ ਕਰਾਉਂਦਾ ਤਪੋ ਰਾਜ ਅਤੇ ਰਾਜੋ ਨਰਕ। ਇਸ ਦੌਰਾਨ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਦੀ ਤੁਲਨਾ ਸਦਾਮ ਹੁਸੈਨ ਨਾਲ ਕਰ ਦਿੱਤੀ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਕੁੱਤੇ ਬਿੱਲਿਆਂ ਨੂੰ ਸਮਝਾ ਕੇ ਰੱਖਣ। ਸੁਖਬੀਰ ਸਿੰਘ ਬਾਦਲ ਨੂੰ ਖਾਸ ਕਰਕੇ ਕਿਰਪਾ ਕਰਕੇ ਆਪਦੇ ਜਿਹੜੇ ਕੁੱਤੇ ਬਿੱਲੇ ਰੱਖੇ ਆ ਨਾ ਨਾਲ, ਉਹਨਾਂ ਨੂੰ ਥੋੜ੍ਹਾ ਜਿਹਾ ਵਰਜ ਕੇ ਰੱਖੋ। ਔਰ ਤੁਸੀਂ ਉਹਨਾਂ ਨੂੰ ਸ਼ਹਿ ਦੇ ਕੇ ਬੁਲਾਉਣੇ ਹੋ, ਇਹ ਚੰਗੀ ਗੱਲ ਨਹੀਂ। ਠੀਕ ਹੈ ਨਾ ਜੀ, ਹਰ ਇੱਕ ਬੰਦੇ ਦੀ ਇੱਜ਼ਤ ਕਰੋ ਅਤੇ ਇੱਜ਼ਤ ਕਰਾਉਣੀ ਸਿੱਖੋ। ਨਹੀਂ ਤਾਂ ਸੁਦਾਮ ਸੈਨ ਵਾਲਾ ਵੀ ਹਾਲ ਆਪਾਂ ਵੇਖਿਆ, 10-12 ਸਾਲ ਪਹਿਲਾਂ ਦੀ ਗੱਲ ਹੈ ਕਿ ਸਿਉਣੇ ਦੇ ਭਾਂਡਿਆਂ 'ਚ ਰੋਟੀ ਖਾਇਆ ਕਰਦਾ ਸੀ ਸੁਦਾਮ ਸੈਨ। ਦਿਨ ਦਿਹਾੜੇ ਉਹਨਾਂ ਦੇ ਮੁੰਡੇ ਲੋਕਾਂ ਦੀਆਂ ਧੀਆਂ ਭੈਣਾਂ ਚੱਕ ਲਿਆਉਂਦੇ ਸੀ। ਔਰ ਕੀ ਹੋਇਆ ਸੁਦਾਮ ਸੈਨ ਨੂੰ ਪਤਾ ਹੈ? ਜਦੋਂ ਅੰਤ ਆਇਆ ਨਾ, ਗਟਰ 'ਚ ਬੈਠਾ ਸੀ। ਫਿਰ ਅਮਰੀਕਾ ਵਾਲਿਆਂ ਨੇ ਕੱਢਿਆ, ਇਹ ਕੋਈ 100 ਸਦੀ ਪੁਰਾਣੀ ਗੱਲ ਨਹੀਂ ਸੁਣਾ ਰਿਹਾ, ਫਾਂਸੀ 'ਤੇ ਟੰਗਿਆ ਅਤੇ ਫਿਰ ਸਮੁੰਦਰ 'ਚ ਉਹਨੂੰ ਸਿੱਟ ਦਿੱਤਾ ਗਿਆ। ਕਈ ਵਾਰੀ ਬੰਦੇ ਨੂੰ ਭੁਲੇਖਾ ਹੁੰਦਾ ਕਿ ਮੈਂ ਕੁਛ ਨਹੀਂ, ਜਦੋਂ ਰੱਬ ਨਿਗਾਹ ਫੇਰਦਾ। ਸੋ ਮੇਰੀ ਤੁਹਾਨੂੰ ਬੇਨਤੀ ਹੈ, ਕਿਰਪਾ ਕਰਕੇ ਹੋਸ਼ 'ਚ ਰਹੋ ਅਤੇ ਆਪਦੇ ਲੋਕਾਂ ਨੂੰ ਜ਼ਰਾ ਹੋਸ਼ 'ਚ ਰੱਖੋ। ਚੰਗਾ ਹੋਊਗਾ ਜੇ ਇੱਦਾਂ ਤੁਸੀਂ ਕਰੋ। ਉਹ ਸਾਰਿਆਂ ਦਾ ਦੋਸਤੋ, ਸੋਰੀ ਥੋੜ੍ਹਾ ਜਿਹਾ ਤੁਹਾਨੂੰ ਲੱਗਿਆ ਮੈਂ ਗੁੱਸੇ ਹੋ ਗਿਆ, ਪਰ ਇਹਨਾਂ ਲੋਕਾਂ ਨੂੰ ਸੁਨੇਹਾ ਦੇਣਾ ਵੀ ਜ਼ਰੂਰੀ ਹੈ, ਜਿਹਨਾਂ ਲੋਕਾਂ ਨੇ, ਤੁਹਾਨੂੰ ਪਤਾ, ਕੈਂਪੇਨ ਦੇ ਦਰਮਿਆਨ ਬੀਬੀ ਬਾਦਲ ਨੇ ਅਤੇ ਆਹ ਮਜੀਠੀਏ ਨੇ ਜੋ ਗੰਦ ਪਾਇਆ ਅਤੇ ਜੋ ਇਹਨਾਂ ਨੇ ਆਪਦੇ ਨਾਲ ਕੁੱਤੇ ਬਿੱਲਿਆਂ ਤੋਂ ਮੇਰੇ ਬਾਰੇ ਬੁਲਾਉਂਦੇ ਰਹੇ, ਕੋਈ ਗੱਲ ਨਹੀਂ, ਪਰਮਾਤਮਾ ਔਰ ਜਵਾਬ ਦੀ ਤਰੀਕ ਨੂੰ ਸੱਚੇ ਪਾਤਸ਼ਾਹ ਉੱਚੇ ਬੋਲਣਾ ਬੋਲੀਏ, ਕਰਤਾ ਰਹੋ ਡਰੀਏ। ਦੱਸਦੇ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵਿਰੋਧੀਆਂ ਵੱਲੋਂ ਰਾਜਾ ਵੜਿੰਗ ਅਤੇ ਉਸਦੇ ਪਰਿਵਾਰ ਤੇ ਕਈ ਨਿੱਜੀ ਸ਼ਬਦੀ ਹਮਲੇ ਕੀਤੇ ਗਏ ਸਨ, ਜਿਸ ਦਾ ਕਿ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੌਰਾਨ ਕੋਈ ਜਵਾਬ ਨਹੀਂ ਦਿੱਤਾ ਸੀ। ਪਰ ਆਖਿਰਕਾਰ ਰਾਜਾ ਦਾ ਗੁੱਸਾ ਫੁੱਟ ਹੀ ਗਿਆ। ਹੁਣ ਦੇਖਣਾ ਹੀ ਹੋਵੇਗਾ ਕਿ ਰਾਜਾ ਵੜਿੰਗ ਨਤੀਜਿਆਂ ਤੋਂ ਬਾਅਦ ਵਿਰੋਧੀਆਂ ਨੂੰ ਹੋਰ ਕੀ ਜਵਾਬ ਦਿੰਦੇ ਨੇ। ਬਿਊਰੋ ਰਿਪੋਰਟ, ਪੰਜਾਬ ਲੋਕ ਚੈਨਲ।